ਬੜੇ ਪੁਸਦਿਲ ਹੋਏ, ਆਪਣੀਆਂ ਬਾਹਾਂ ਦਾ ਸਟੋਰ ਇੱਕ ਬਜ਼ੁਰਗ ਤੇ ਪਿਆ ਅਜ਼ਮਾਉਂਦੇ ਹੋ। ਇਹ ਕੌਣ ਹੈ ਚੌਧਰੀ ਸਾਹਿਬ? ਅਸਲਾਮ ਅਲੈਕੁਮ, ਜਿੰਦੇ ਰਹੋ, ਵਸਦੇ ਰਹੋ, ਹੱਸਦੇ ਰਹੋ। ਮੈਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰਾ ਯੂਟਿਊਬ ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਸੁਲਤਾਨ ਰਾਏ ਦੀ ਬੜੀ ਹੀ ਜ਼ਬਰਦਸਤ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ। ਉਸ ਫਿਲਮ ਦਾ ਨਾਂ ਹੈ ਰਾਜਪੂਤ। 10 ਅਪ੍ਰੈਲ 1987 ਬਰੋਜ ਜਿਮਾ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ ਰਾਜਪੂਤ। ਇਹ ਆਪਣੇ ਦੌਰ ਦੀ ਬੜੀ ਹੀ ਜ਼ਬਰਦਸਤ ਔਰ ਬੜੀ ਹੀ ਅੱਛੀ ਫਿਲਮ ਸੀ। ਇਸ ਫਿਲਮ ਦੇ ਅਦਾਕਾਰ ਸੁਲਤਾਨ ਰਾਏ, ਮੁਮਤਾਜ਼, ਮੁਸਤਫਾ ਕੁਰੇਸ਼ੀ, ਹਬੀਬ, ਬਹਾਰ ਬੇਗਮ, ਅਦੀਬ, ਅਲਤਾਫ ਖਾਨ, ਜ਼ਹਿਰ ਸ਼ਾਹ, ਹਦਾਇਤ ਹਸਨੈਨ, ਫਿਲਮਸਾਜ਼ ਸਰਵਰ ਮਲਿਕ, ਕਹਾਣੀ ਲਿਖੀ ਹੈ ਸਾਬਰ ਮਲਿਕ ਨੇ ਅਤੇ ਇਹਦਾ ਮਿਊਜ਼ਿਕ ਦਿੱਤਾ ਹੈ ਤਾਫੂ ਨੇ। ਇਸ ਫਿਲਮ ਦੇ ਵਿੱਚ ਅਦਾਕਾਰ ਮੁਸਤਫਾ ਕੁਰੇਸ਼ੀ ਨੇ ਆਪਣੇ ਕੈਰੀਅਰ ਦੀ ਬੜੀ ਹੀ ਯਾਦਗਾਰ ਪਰਫਾਰਮੈਂਸ ਦਿੱਤੀ ਹੈ। ਇੱਕ ਕੈਦੀ ਦੇ ਰੂਪ ਵਿੱਚ, ਜਿਹੜਾ ਕਿ ਇੱਕ ਜਾਗੀਰਦਾਰ ਦੀ ਕੈਦ ਵਿੱਚ ਹੁੰਦਾ ਹੈ, ਬੜੀ ਹੀ ਜ਼ਬਰਦਸਤ ਔਰ ਲਾਜਵਾਬ ਅਦਾਕਾਰੀ ਦਾ ਮੁਜ਼ਾਹਰਾ ਕੀਤਾ ਹੈ। ਬਹਾਰ ਬੇਗਮ ਨੇ ਇਸ ਫਿਲਮ ਦੇ ਅੰਦਰ ਮੁਸਤਫਾ ਕੁਰੇਸ਼ੀ ਦੀ ਬੀਵੀ ਦਾ ਕਿਰਦਾਰ ਅਦਾ ਕੀਤਾ ਹੈ ਔਰ ਸੁਲਤਾਨ ਰਾਏ ਨੇ ਮੁਸਤਫਾ ਕੁਰੇਸ਼ੀ ਦੇ ਪੁੱਤਰ ਦਾ ਕਿਰਦਾਰ ਅਦਾ ਕੀਤਾ ਹੈ ਜਿਸਦਾ ਨਾਮ ਹੀਰਾ ਹੁੰਦਾ ਹੈ। ਮੁਸਤਫਾ ਕੁਰੇਸ਼ੀ ਦਾ ਨਾਮ ਜ਼ਮਾਨ ਹੁੰਦਾ ਹੈ ਔਰ ਜ਼ਮਾਨ ਜਾਗੀਰਦਾਰ ਦੀ ਕੈਦ ਵਿੱਚ ਆਉਂਦਾ ਹੈ। ਜਾਗੀਰਦਾਰ ਸ਼ਹਿਬਾਜ਼ ਖਾਨ ਅਲਿਆਸ ਕਸ਼ਮੀਰੀ ਉਹਦੇ ਨਾਲ ਜ਼ਿੱਦ ਕਰਦਾ ਹੈ, ਕਿਉਂਕਿ ਜਿਹੜਾ ਅਲਿਆਸ ਕਸ਼ਮੀਰੀ ਸ਼ਹਿਬਾਜ਼ ਖਾਨ ਹੁੰਦਾ ਹੈ ਉਹਨੂੰ ਹਰ ਸਾਲ ਨਵੀਂ ਸ਼ਾਦੀ ਕਰਨ ਦਾ ਸ਼ੌਕ ਹੁੰਦਾ ਹੈ। ਇੱਕ ਜਗ੍ਹਾ ਉਹ ਸ਼ਾਦੀ ਕਰ ਰਿਹਾ ਹੁੰਦਾ ਹੈ ਅਤੇ ਜਿਹੜਾ ਜ਼ਮਾਨ ਹੈ ਉਹ ਆ ਜਾਂਦਾ ਹੈ ਔਰ ਆ ਕੇ ਉਹਨੂੰ ਪਿੰਡ ਵਾਲੇ ਨੂੰ ਦੱਸਦਾ ਹੈ ਕਿ ਜਿਹੜਾ ਸ਼ਹਿਬਾਜ਼ ਖਾਨ ਹੈ ਉਹ ਅਯੈਸ਼ ਤਬੀਅਤ ਦਾ ਮਾਲਿਕ ਹੈ ਔਰ ਹਰ ਸਾਲ ਨਵੀਂ ਸ਼ਾਦੀ ਦਾ ਸ਼ੌਕ ਕਰਦਾ ਹੈ, ਜਿਸ ਦੀ ਵਜ੍ਹਾ ਤੋਂ ਸ਼ਹਿਬਾਜ਼ ਖਾਨ ਔਰ ਜ਼ਮਾਨ ਦੀ ਆਪਸੀ ਦੁਸ਼ਮਣੀ ਦਾ ਆਗਾਜ਼ ਹੋ ਜਾਂਦਾ। ਮੈਂ ਤੇਰਾ ਮੌਤ ਨਾਲ ਕਰਾਂਗਾ ਸ਼ਹਿਬਾਜ਼ ਖਾਨ, ਤੇਰੀਆਂ ਸਜ਼ਾਵਾਂ ਮੇਰੇ ਸਾਥ ਤੇ ਤੋੜ ਸਕਦਾ। ਸ਼ਹਿਬਾਜ਼ ਉਹਦੀ ਧੀ ਨੂੰ ਕਤਲ ਕਰਕੇ ਜ਼ਮਾਨ ਨੂੰ ਕੈਦ ਕਰ ਲੈਂਦਾ ਹੈ ਔਰ ਉਸਨੂੰ ਆਪਣੀ ਕੈਦ ਹੀ ਰੱਖਦਾ ਹੈ। ਉਹ ਜਿਹੜੀ ਮਾਂ ਬਾਰ ਬੇਗਮ ਸਾਬਰਾ ਆਉਂਦੀ ਹੈ ਉਹ ਆਪਣੇ ਪੁੱਤਰ ਹੀਰੇ ਨੂੰ ਇਹ ਸਾਰੀ ਕਹਾਣੀ ਤੋਂ ਲਾਇਲਮ ਰੱਖਦੀ ਹੈ ਤਾਂ ਕਿ ਉਹ ਹੀਰੇ ਦੀ ਜਾਨ ਬਚਾ ਸਕੇ। ਵਕਤ ਗੁਜ਼ਰ ਜਾਂਦਾ ਹੈ, ਹੀਰਾ ਜਵਾਨ ਹੋ ਜਾਂਦਾ ਹੈ। ਸ਼ਹਿਬਾਜ਼ ਖਾਨ ਜਿਹੜਾ ਆਉਂਦਾ ਹੈ ਉਹ ਜ਼ਮਾਨ ਨੂੰ ਮਜਬੂਰ ਕਰਦਾ ਹੈ, ਉਹ ਆਪਣੀ ਜ਼ਿੱਦ ਛੋੜ ਕੇ ਉਹਨੂੰ ਸਿਹਰਾ ਬੰਨਦੇ, ਲੇਕਿਨ ਜਿਹੜਾ ਜ਼ਮਾਨ ਆਉਂਦਾ ਉਹ ਆਪਣੀ ਜ਼ਿੱਦ ਦਾ ਪੱਕਾ ਆਉਂਦਾ। ਉਹ ਕਹਿੰਦਾ ਮੈਂ ਮਰ ਜਾਵਾਂਗਾ ਪਰ ਤੇਰੇ ਸਿਰ ਤੇ ਸਿਹਰਾ ਨਹੀਂ ਬੰਨਾਂਗਾ। ਇਸ ਜ਼ਿੱਦ ਦੇ ਅੰਦਰ ਉਹ ਆਪਣੀ ਸਾਰੀ ਉਮਰ ਗੁਜ਼ਾਰ ਦਿੰਦਾ ਹੈ। ਮੁਮਤਾਜ਼ ਨੇ ਇਸ ਫਿਲਮ ਦੇ ਅੰਦਰ ਸ਼ਾਦੋ ਦਾ ਕਿਰਦਾਰ ਅਦਾ ਕੀਤਾ ਹੈ ਔਰ ਜਿਹੜਾ ਚੌਧਰੀ ਹਾਕਮ ਹੁੰਦਾ ਹੈ ਉਸਦੇ ਪਿੰਡ ਦਾ ਇਹ ਅਸੂਲ ਹੁੰਦਾ ਹੈ ਕਿ ਜਿਹੜਾ ਉਸਦੇ ਪਿੰਡ ਵਿੱਚ ਤੂੰ ਗੁਜ਼ਰਦਾ ਹੈ ਉਹ ਅੱਖਾਂ ਉੱਤੇ ਪੱਟੀ ਬੰਨ ਕੇ ਗੁਜ਼ਰਦਾ ਹੈ। ਔਰ ਜਦੋਂ ਸੁਲਤਾਨ ਰਾਏ ਹੀਰਾ ਉਸ ਪਿੰਡ 'ਚ ਗੁਜ਼ਰਦਾ ਹੈ ਅਤੇ ਉਹ ਅੱਖਾਂ 'ਤੇ ਪੱਟੀ ਨਹੀਂ ਬਣਦਾ, ਲੋਕ ਉਸਦੇ ਹਮਲਾ ਕਰਦੇ ਨੇ, ਉਹ ਦੁਸ਼ਮਣਾਂ ਨੂੰ ਮਾਰ ਦਿੰਦਾ ਹੈ ਔਰ ਚੌਧਰੀ ਹਾਕਮ ਜਦੋਂ ਖਬਰ ਆਉਂਦੀ ਹੈ ਉਹ ਆ ਜਾਂਦਾ ਹੈ ਔਰ ਆ ਕੇ ਉਹਨਾਂ ਦੀ ਛੁੜਾ ਦਿੰਦਾ ਹੈ। ਔਰ ਉਸਦੀ ਜਿਹੜੀ ਧੀ ਹੁੰਦੀ ਹੈ ਮੁਮਤਾਜ਼, ਜਿਸਦਾ ਨਾਮ ਫਿਲਮ ਸ਼ਾਦੋ ਹੈ, ਉਹ ਹੀਰੇ ਦੀ ਮੁਹੱਬਤ ਵਿੱਚ ਗ੍ਰਿਫਤਾਰ ਹੋ ਜਾਂਦੀ ਹੈ ਔਰ ਦੋਨੋਂ ਆਪਸ ਵਿੱਚ ਇੱਕ ਦੂਸਰੇ ਨਾਲ ਪਿਆਰ ਕਰਦੇ ਨੇ। ਔਰ ਸ਼ਹਿਬਾਜ਼ ਖਾਨ ਦੇ ਦੋ ਪੁੱਤਰ ਹੁੰਦੇ ਨੇ ਜਿਨ੍ਹਾਂ ਦਾ ਕਿਰਦਾਰ ਅਲਤਾਫ ਖਾਨ ਔਰ ਜ਼ਹਿਰ ਸ਼ਾਹ ਨੇ ਅਦਾ ਕੀਤਾ ਹੈ। ਜਿਹੜਾ ਚੌਧਰੀ ਹਾਕਮ ਹੁੰਦਾ ਹੈ ਉਹ ਆ ਕੇ ਸਾਬਰਾ ਬੇਗਮ ਨੂੰ ਦਾਵਤ ਦਿੰਦਾ ਹੈ ਕਿ ਉਹ ਉਹਦੇ ਪਿੰਡ ਚਲੇ ਔਰ ਉਹਦੇ ਪਿੰਡ ਵਿੱਚ ਆਪਣਾ ਰਿਹਾਇਸ਼ ਰੱਖੇ ਔਰ ਇਹ ਇਲਾਕਾ ਛੋੜ ਦੇ। ਉਹ ਸਾਬਰਾ ਜਿਹੜੀ ਹੁੰਦੀ ਉਹ ਹਾਕਮ ਦੇ ਕਹਿਣੇ 'ਤੇ
ਉਹਨਾਂ ਦੇ ਪਿੰਡ ਚਲੀ ਜਾਂਦੀ ਔਰ ਉੱਥੇ ਰਹਿਣਾ ਸ਼ੁਰੂ ਕਰ ਦਿੰਦੀ ਹੈ। ਉਸ ਪਿੰਡ ਦੇ ਅੰਦਰ ਜਿਹੜਾ ਸਾਧੂ ਹੁੰਦਾ ਹੈ, ਉਹ ਜਰਾਂ ਪਿੱਛੇ ਸ਼ਖਸ ਹੁੰਦਾ ਹੈ ਔਰ ਉਹ ਕੈਦੀ 'ਚ ਹੁੰਦਾ ਹੈ, ਔਰ ਜਦੋਂ ਉਹ ਜੇਲ੍ਹ 'ਚੋਂ ਰਿਹਾਅ ਹੋ ਕੇ ਆਉਂਦਾ ਹੈ, ਸਾਧੂ ਦਾ ਕਿਰਦਾਰ ਅਦਾਕਾਰ ਅਦੀਬ ਨੇ ਅਦਾ ਕੀਤਾ ਤੇ ਹੀਰਾ ਉਹਨੂੰ ਆਪਣੇ ਪਿੰਡੀ ਦਾਖਲ ਨਹੀਂ ਹੋਣ ਦਿੰਦਾ। ਪਿੰਡ ਦੀ ਚੋਇਸ ਪੈਰ ਨਾਲ ਰੱਖਿਆ ਸਾਧੂ, ਤੇਰੇ ਚਮਤਕਾਰਾਂ ਲਈ ਇਸ ਪਿੰਡ 'ਚ ਕੋਈ ਥਾਂ ਨਹੀਂ ਹੋ। ਜਿਹੜਾ ਸਾਧੂ ਹੁੰਦਾ ਹੈ ਉਹ ਚੌਧਰੀ ਆਕਮ ਦੇ ਨਾਲ ਵਾਅਦਾ ਕਰਦਾ ਹੈ ਕਿ ਉਹ ਇਸ ਪਿੰਡ ਦੇ ਅੰਦਰ ਕੋਈ ਵੀ ਗਲਤ ਕੰਮ ਨਹੀਂ ਕਰੇਗਾ, ਜਿਸ ਦੀ ਵਜ੍ਹਾ ਤੋਂ ਜਿਹੜਾ ਆਕਮ ਹੁੰਦਾ ਹੈ ਉਹ ਉਸਨੂੰ ਪਿੰਡ ਵਿੱਚ ਰਹਿਣ ਦੀ ਇਜਾਜ਼ਤ ਦੇ ਦਿੰਦਾ ਹੈ। ਔਰ ਜਿਹੜਾ ਜ਼ਮਾਨ ਹੁੰਦਾ ਹੈ ਉਹ ਚੌਧਰੀ ਸ਼ਹਿਬਾਜ਼ ਦੀ ਕੈਦ ਤੋਂ ਫਰਾਰ ਹੋ ਜਾਂਦਾ ਹੈ, ਪਰ ਉਹਦੇ ਬੰਦੇ ਉਹਨੂੰ ਦੁਬਾਰਾ ਪਕੜ ਲੈਂਦੇ ਨੇ, ਪਕੜ ਕੇ ਬੇਲੀ ਦੁਬਾਰਾ ਕੈਦ ਕਰ ਦਿੰਦੇ ਨੇ। ਖੈਰ ਸਾਬਰਾ ਜਿਹੜੀ ਹੁੰਦੀ ਹੈ ਉਹ ਹੀਰੇ ਨੂੰ ਸਾਰੀ ਕਹਾਣੀ ਸੁਣਾ ਦਿੰਦੀ ਅਤੇ ਕਿਸ ਤਰ੍ਹਾਂ ਸ਼ਹਿਬਾਜ਼ ਖਾਨ ਨੇ ਉਹਦੇ ਪਿਓ ਜ਼ਮਾਨ ਨੂੰ ਕੈਦ ਰੱਖਿਆ ਹੋਇਆ। ਜਦੋਂ ਸਾਰੀ ਸਿਚੁਏਸ਼ਨ ਸ਼ਹਿਬਾਜ਼ ਖਾਨ ਦੇ ਬਾਰੇ 'ਚ ਹੀਰੇ ਨੂੰ ਪਤਾ ਚੱਲਦੀ ਹੈ, ਉਹ ਬੇਲੀ 'ਤੇ ਹਮਲਾ ਕਰ ਦਿੰਦਾ ਹੈ। ਔਰ ਇਸ ਹਮਲੇ ਦੇ ਦੌਰਾਨ ਜਿਹੜਾ ਸ਼ਹਿਬਾਜ਼ ਖਾਨ ਹੁੰਦਾ ਹੈ ਉਹ ਫਰਾਰ ਹੋ ਜਾਂਦਾ ਹੈ। ਉਸਦੀ ਭੈਣ ਸ਼ਹਿਦਾ ਮਿਨੀ, ਜਿਹੜੀ ਉਹਦੀ ਸ਼ਹਿਬਾਜ਼ ਖਾਨ ਦੀ ਭੈਣ ਹੁੰਦੀ ਹੈ, ਉਹਨੂੰ ਅਗਵਾ ਕਰਕੇ ਲੈ ਆਉਂਦਾ ਹੈ ਔਰ ਮਾਂ ਨੂੰ ਕਹਿੰਦਾ ਕਿ ਮੈਂ ਇਸ ਦੇ ਬਦਲੇ ਆਪਣੇ ਪਿਓ ਨੂੰ ਕੈਦ ਤੋਂ ਆਜ਼ਾਦ ਕਰਵਾਵਾਂਗਾ। ਖੈਰ ਮਾਂ ਜਦ ਜਿਹੜੀ ਹੁੰਦੀ ਹੈ ਉਹ ਉਸਦੀ ਭੈਣ ਨੂੰ ਸਾਰੀ ਕਹਾਣੀ ਸੁਣਾਉਂਦੀ ਹੈ ਔਰ ਉਹਨੂੰ ਦੱਸਦੀ ਹੈ ਕਿ ਸ਼ਹਿਬਾਜ਼ ਖਾਨ ਨੇ ਉਹਨਾਂ ਦੇ ਉੱਤੇ ਕੀ ਜ਼ੁਲਮ ਕੀਤਾ ਹੈ। ਜਿਹੜਾ ਸ਼ਹਿਬਾਜ਼ ਖਾਨ ਹੁੰਦਾ ਹੈ ਉਹ ਸ਼ਾਦੋ ਨੂੰ ਅਗਵਾ ਕਰ ਲੈਂਦਾ ਹੈ ਔਰ ਅਗਵਾ ਕਰਨ ਤੋਂ ਬਾਅਦ ਜਿਹੜੀ ਉਹਦੀ ਭੈਣ ਹੁੰਦੀ ਹੈ ਉਹ ਹੀਰੇ ਦੀ ਮਦਦ ਕਰਦੀ ਹੈ ਔਰ ਹੀਰੇ ਦੀ ਮਦਦ ਕਰਕੇ ਉਹ ਜ਼ਮਾਨ ਖਾਨ ਨੂੰ ਰਿਹਾਅ ਵੀ ਕਰਾ ਲੈਂਦੇ ਨੇ ਔਰ ਦੁਸ਼ਮਣਾਂ ਨਾਲ ਜਿਹੜਾ ਹੀਰਾ ਹੁੰਦਾ ਹੈ ਉਸਦਾ ਦੁਸ਼ਮਣਾਂ ਦੇ ਨਾਲ ਮੁਕਾਬਲਾ ਹੁੰਦਾ ਹੈ ਔਰ ਇਸ ਮੁਕਾਬਲੇ ਤੋਂ ਬਾਅਦ ਸ਼ਹਿਬਾਜ਼ ਖਾਨ ਹੀਰੇ ਨੂੰ ਪਕੜ ਲੈਂਦਾ ਹੈ, ਇਹਨੂੰ ਗ੍ਰਿਫਤਾਰ ਕਰ ਲੈਂਦਾ ਹੈ ਔਰ ਉਹਨੂੰ ਕਹਿੰਦਾ ਹੈ ਕਿ ਅਗਰ ਮੈਂ ਇੱਕ ਬੰਦੇ ਨਾਲ ਤੇਰਾ ਮੁਕਾਬਲਾ ਕਰਾਵਾਂਗਾ, ਅਗਰ ਤੂੰ ਉਹ ਮੁਕਾਬਲਾ ਜਿੱਤ ਗਿਆ ਤਾਂ ਮੈਨੂੰ ਤੈਨੂੰ ਕੈਦ ਤੋਂ ਰਿਹਾਅ ਕਰ ਦਿਆਂਗਾ। ਜ਼ਮਾਨ ਅਤੇ ਹੀਰੇ ਦਾ ਆਪਸੀ ਮੁਕਾਬਲਾ ਆਉਂਦਾ ਔਰ ਮੁਕਾਬਲੇ ਦੇ ਦੌਰਾਨ ਹੀਰੇ ਨੂੰ ਪਤਾ ਚੱਲ ਜਾਂਦਾ ਹੈ ਕਿ ਜਿਹੜਾ ਜ਼ਮਾਨ ਹੈ ਉਹੀ ਉਹਦਾ ਅਸਲ ਬਾਪ ਹੈ। ਦੋਨੋਂ ਆਪਸੀ ਮਿਲ ਜਾਂਦੇ ਨੇ ਔਰ ਮਿਲ ਕੇ ਦੁਸ਼ਮਣਾਂ ਨੂੰ ਸਾਰੇ ਦੁਸ਼ਮਣਾਂ ਨੂੰ ਠਿਕਾਣੇ ਲਗਾ ਦਿੰਦੇ ਨੇ ਔਰ ਖੁਦ ਵੀ ਸ਼ਦੀਦ ਜ਼ਖਮੀ ਹੋ ਜਾਂਦੇ ਨੇ। ਨਾਜ਼ਰੀ, ਬੜੀ ਅੱਛੀ ਫਿਲਮ ਹੈ ਔਰ ਇਹ ਫਿਲਮ ਯੂਟਿਊਬ 'ਤੇ ਮੌਜੂਦ ਹੈ, ਤੁਸੀਂ ਜਾ ਕੇ ਵੇਖ ਸਕਦੇ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।